ਸ਼ਹਿਰ ਦੀ ਵਾਰਡ ਨੰਬਰ 8 ਵਿੱਚ ਪੈਂਦੀ ਪਬਲਿਕ ਕਲੋਨੀ ਦੇ ਵਾਸੀ ਆਵਾਜਾਈ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ। ਅਸਲ ਵਿੱਚ ਇਸ ਕਲੋਨੀ ਅਧੀਨ ਪੈਂਦੇ 100 ਕੁ ਘਰਾਂ ਦੇ ਵਸਨੀਕਾਂ ਨੂੰ ਸਿਰਫ ਇੱਕ ਹੀ ਰਾਹ ਹੈ, ਜਿੱਥੇ ਇਸ ਦੀ ਸ਼ੁਰੂਆਤ ਵਿੱਚ ਹੀ ਜੱਸੀ ਕਰਿਆਨਾ ਸਟੋਰ ਕੋਲ ਬਰਸਾਤ ਸਮੇਂ ਜਾਂ ਸੀਵਰੇਜ ਲੀਕ ਹੋਣ ਕਾਰਨ ਗੋਡੇ ਗੋਡੇ ਪਾਣੀ ਖੜ ਜਾਂਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਸੰਬੰਧਿਤ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਅਨੇਕਾਂ ਵਾਰ ਲਿਖਤੀ ਅਤੇ ਜ਼ੁਬਾਨੀ ਸ਼ਿਕਾਇਤ ਕਰ ਚੁੱਕੇ ਹਨ, ਪਰ ਹਰ ਵਾਰ ਗੋਗਲੂਆਂ ਤੋਂ ਮਿੱਟੀ ਝਾੜਨ ਵਰਗੀ ਕਾਰਵਾਈ ਕਰ ਦਿੱਤੀ ਜਾਂਦੀ ਹੈ। ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫਸਰ ਸ਼੍ਰੀ ਭਜਨ ਚੰਦ ਨੂੰ ਸੰਪਰਕ ਕਰਨ 'ਤੇ ਉਹਨਾਂ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ, ਸੋ ਆਉਣ ਵਾਲੇ 15-20 ਦਿਨਾਂ ਵਿੱਚ ਕੋਈ ਨਾ ਕੋਈ ਢੁੱਕਵਾਂ ਹੱਲ ਕੱਢ ਲਿਆ ਜਾਵੇਗਾ। ਸਾਡੇ ਨਾਲ ਇਸ ਕਲੋਨੀ ਦੇ ਜਿਹੜੇ ਨਿਵਾਸੀ ਨੇ ਉਹ ਕੁਛ ਸੱਜਣ ਨੇ ਜਿਹੜੇ ਕਿ ਆਮ ਹੀ ਇਸ ਰਸਤੇ ਦੀ ਗੁਜ਼ਰਦੇ ਨੇ, ਇਹਨਾਂ ਨਾਲ ਕਰਦੇ ਗੱਲ। ਅਤੇ ਕੀ ਭਾਅ ਜੀ, ਕਦੋਂ ਕਦੋਂ ਸਮੱਸਿਆ ਜਿਹੜੀ ਇਸੇ ਤਰ੍ਹਾਂ ਹੈ? ਜੱਦੀ ਕਲੋਨੀ ਬਣੀ, ਜੱਦੀ ਸਮੱਸਿਆ ਜੀ, ਹੁਣ ਨਾਲਾ ਬੰਦ ਹੋਣ ਕਰਕੇ ਜ਼ਿਆਦਾ ਹੋ ਗਈ ਥੋੜ੍ਹੀ ਜਿਹੀ ਜੀ। ਬਾਕੀ ਬਰਸਾਤ 'ਚ ਤਾਂ ਪਾਣੀ ਖੜਦਾ, ਪਹਿਲਾਂ 1.5 ਘੰਟੇ 'ਚ ਲੰਘ ਜਾਂਦਾ ਸੀ, ਹੁਣ 4-5 ਘੰਟੇ ਲੱਗ ਜਾਂਦੇ ਆ ਜੀ। ਜੀ, ਅਤੇ ਬਾਕੀ ਕਹਿ ਰਹੇ ਵੀ ਗਲੀ ਉੱਚੀ ਕਰਕੇ ਬਣਾਉਂਗੇ, ਹੁਣ ਆਏ ਸੀ ਗੱਲ ਬਣਾਉਂਗੇ, ਅਤੇ ਉਹ ਤਾਂ ਕਾਫੀ ਵਾਰ ਕਹਿੰਦੇ ਤੁਸੀਂ, ਪਹਿਲਾਂ ਕਿੰਨੀ ਕੁ ਵਾਰ ਦੇ ਚੁੱਕੇ ਹੋ ਅਰਜੀ ਤੁਹਾਡੇ ਕਮੇਟੀ ਵਾਲੇ ਬੰਦੇ? ਬਹੁਤ ਵਾਰ ਹੋ ਗਿਆ ਜੀ ਕੰਮ ਇਹ ਤਾਂ, ਪਰ ਹੁਣ ਵੈਸੇ ਕੰਢੇ ਦੀ ਹੈ ਕੰਮ, ਹੁਣ ਅੱਜ ਸੀਵਰੇਜ ਬਲੋਕ ਹੋ ਗਿਆ, ਦੇਖੋ ਕਿਆ ਹਾਲ ਹੈ ਜੀ, ਹੁਣ ਇੰਨਾ ਪਾਣੀ ਖੜਾ ਇੱਥੇ ਜੀ। ਜੀ, ਠੀਕ ਹੈ ਜੀ, ਕੋਈ ਨਹੀਂ ਆਇਆ ਸਵੇਰ ਦਾ, 2-3 ਵਾਰ ਕੰਪਲੇਂਟ ਲਿਖਾ ਚੁੱਕੇ ਹਾਂ ਜੀ। ਜੀ, ਅਤੇ ਹੁਣ ਮੁੱਖ ਸਮੱਸਿਆ ਕੀ ਮੰਨਦੇ ਹੋ, ਕਾਹਦੇ ਕਰਕੇ ਜਿਹੜਾ ਵੱਧ ਗਿਆ ਪਹਿਲਾਂ ਨਵਾਂ ਪਾਣੀ ਖੜਨਾ? ਇਹ ਸੀਵਰੇਜ ਦੇ ਪਾਈਪ ਛੋਟੇ ਆ ਜੀ, ਜੀ ਪਾਣੀ ਜ਼ਿਆਦਾ ਜੀ, ਜੀ ਉਹ ਨਿਕਲਦਾ ਨਹੀਂ, ਜਦ ਪਾਣੀ ਪਿੱਛੋਂ ਆਉਂਦਾ ਜਿਹੜਾ ਉਹ ਨਿਕਲ ਜਾਂਦਾ, ਉਸ ਤੋਂ ਬਾਅਦ ਫਿਰ ਇਹ ਨਿਕਲਦਾ ਪਾਣੀ ਗਲੀਦਾ। ਅਤੇ ਜਿਹੜੀ ਨਾਲੇ ਦਾ ਸੀ ਪਹਿਲਾਂ ਇੱਥੇ ਨਾਲਾ ਸੀ, ਹੁਣ ਪੂਰਤਾ ਜਿਹੜਾ ਨਗਰ ਕੌਂਸਲ ਵੱਲੋਂ, ਅਤੇ ਉਹਦਾ ਵੀ ਕੋਈ ਲੱਗਦਾ ਤੁਹਾਨੂੰ ਕਿ ਫਰਕ ਪਿਆ ਇਸ ਤਰ੍ਹਾਂ ਦੀ ਸਮੱਸਿਆ ਨੂੰ? ਉਹਦੇ ਨਾਲ ਵੀ ਫਰਕ ਪਿਆ ਜੀ, ਹੁਣ ਜਿਹੜਾ ਪਾਣੀ ਖੜਾ ਨਹੀਂ, ਨਾਲੇ ਚਲੇ ਜਾਣਾ ਤਾਂ ਹੁਣ ਨਾਲੇ 'ਚ ਜਾਣਾ ਹੀ ਨਹੀਂ ਹੈ ਪਾਣੀ। ਅਤੇ ਜਦੋਂ ਵੋਟਾਂ ਹੁੰਦੀਆਂ ਨੇ, ਫਿਰ ਘਰ ਘਰ ਕਾਫਲੇ ਆਉਂਦੇ ਨੇ ਵੋਟਾਂ ਮੰਗਣ ਵਾਸਤੇ, ਉਦੋਂ ਨਹੀਂ ਤੁਸੀਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਦਾ ਉਹਨਾਂ ਕੋਲ ਜ਼ਿਕਰ ਕਰਦੇ? ਹਰ ਵਾਰ ਕਰੀ ਆ ਜੀ। ਕੋਈ ਸ਼ਰਤ ਨਹੀਂ ਰੱਖਦੇ ਵੀ ਯਾਰ ਨਹੀਂ ਵੋਟਾਂ ਪਾਵਾਂਗੇ? ਐਦਾਂ ਕਿੱਥੇ ਸ਼ਰਤ ਰੱਖ ਹੁੰਦੀ ਹੈ। ਸੋ ਅਸੀਂ ਕਰਾਂਗੇ ਜਿਹੜੀ ਗੱਲ ਹੁਣ ਜਾ ਕੇ ਨਗਰ ਕੌਂਸਲ ਦਫ਼ਤਰ ਦੇ ਨਾਲ ਵੀ ਅਤੇ ਨਗਰ ਕੌਂਸਲ ਕਮੇਟੀ ਦੇ ਨਾਲ ਵੀ। ਦਰਸੋ, ਜਿਵੇਂ ਕਿ ਆਪਾਂ ਹੁਣ ਹੀ ਪਬਲਿਕ ਕਲੋਨੀ ਵਾਲੀ ਜਿਹੜੀ ਸਮੱਸਿਆ ਦੇਖ ਕੇ ਆਏ ਹਾਂ, ਤੁਸੀਂ ਦੇਖੀ ਵੀ ਹੈ, ਅਤੇ ਅਸੀਂ ਹੁਣ ਪਹੁੰਚੇ ਹਾਂ ਇੱਥੇ ਨਗਰ ਕੌਂਸਲ ਦਫ਼ਤਰ ਵਿੱਚ, ਜਿਹੜੇ ਐਗਜ਼ੀਕਿਊਟਿਵ ਅਫਸਰ ਸਾਹਿਬ ਨੇ, ਇਹਨਾਂ ਨਾਲ ਕਰਦੇ ਹਾਂ ਗੱਲ। ਸਰ, ਜਿਵੇਂ ਤੁਹਾਡੇ ਧਿਆਨ 'ਚ ਹੀ ਲਿਆ ਜੀ ਸਮੱਸਿਆ, ਅਤੇ ਇਹ ਜਿਵੇਂ ਤੁਹਾਨੂੰ ਦੱਸਿਆ ਜੀ ਅਸੀਂ ਇੱਕੋ ਹੀ ਗਲੀ ਹੈ ਸਾਰੇ ਮੁਹੱਲੇ ਨੂੰ ਲੱਗਦੀ ਹੈ, ਅਤੇ ਇਹਦੇ ਬਾਰੇ ਕੋਈ ਖਾਸ ਨਹੀਂ ਕੁਛ ਹੈ ਮਹਿਕਮੇ ਵੱਲੋਂ ਵੀ ਕੋਈ ਨਾਲ ਦੀ ਨਾਲ ਕੋਈ ਐਕਸ਼ਨ ਲੈਣਾ ਬਣਦਾ ਹੋਵੇ, ਕੋਈ ਰੂਲ ਅਸੂਲ ਕੋਈ? ਨਹੀਂ, ਨਾਲ ਦੀ ਨਾਲ ਤਾਂ ਇਮੀਡੀਏਟ ਜਦੋਂ ਪਬਲਿਕ ਨੂੰ ਪ੍ਰੋਬਲਮ ਆਉਂਦੀ ਹੈ ਜੀ ਜੀ, ਅਤੇ ਜਿੱਥੋਂ ਤੱਕ ਤੁਸੀਂ ਮੈਨੂੰ ਇਹ ਦੱਸਿਆ ਵੀ ਉੱਥੇ ਸੀਵਰ ਦੀ ਪ੍ਰੋਬਲਮ ਆਈ ਹੈ, ਸੀਵਰ ਓਵਰਫਲੋ ਹੋ ਗਿਆ ਅਤੇ ਪਬਲਿਕ ਨੂੰ ਆਉਣ ਜਾਣ ਦੀ ਦਿੱਕਤ ਹੈ, ਨਾਲ ਦੀ ਨਾਲ ਪ੍ਰੋਬਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ, ਥੋੜ੍ਹੀ ਕ੍ਰਿਟੀਕਲ ਹੈਗੀ ਹੈ, ਉਹਦੇ ਜਲਦੀ ਐਕਸ਼ਨ ਲੈ ਲਿਆ ਜਾਂਦਾ। ਜਿਸ ਤਰ੍ਹਾਂ ਅੱਜ ਸਾਡੇ ਕੋਲ ਸੈਂਟਰ ਇੰਸਪੈਕਟਰ ਨੇ ਦੱਸਣ ਦੇ 4-5 ਪ੍ਰੋਬਲਮਾਂ ਚੱਲ ਰਹੀਆਂ ਮੇਨ, ਜਿਹਦੇ ਜਿਸ ਤਰ੍ਹਾਂ ਗਿਆਨੀ ਜੈਲ ਸਿੰਘ ਨਗਰ 'ਚ ਹੈ, ਹਵੇਲੀ 'ਚ ਹੈ, ਹਰਗੋਬਿੰਦ ਨਗਰ 'ਚ ਹੈ, ਪਬਲਿਕ ਕਲੋਨੀ 'ਚ, ਜਿਵੇਂ ਕਿ ਤੁਹਾਡੇ ਸਾਹਮਣੇ ਸੈਂਟਰ ਇੰਸਪੈਕਟਰ ਨੇ ਵੀ ਇਹ ਗੱਲ ਦੱਸੀ ਹੈ, ਕਿਉਂਕਿ ਸਾਡੇ ਕੋਲ 8-10 ਤੁਹਾਡੇ ਸੀਵਰਮੈਨਾਂ 'ਚੋਂ ਅੱਜ 4 ਸੀਵਰਮੈਨ ਆਏ ਨੇ, ਠੀਕ ਹੈ, ਅਤੇ ਬਾਕੀ 4-5 ਐਬਸੈਂਟ ਨੇ, ਅਤੇ ਉਹਦੇ ਕਰਕੇ ਹੁਣ ਜਿਹੜੇ ਬੰਦੇ ਹਵੇਲੀ ਲੱਗੇ ਨੇ, ਅਤੇ ਇਮੀਡੀਏਟ ਆਪਾਂ ਇਹ ਨੋਟ 'ਚ ਆ ਕੇ ਗਏ, ਇਹਨੂੰ ਜਿਹੜੀ ਇਹਦਾ ਹੱਲ ਹੈਗਾ ਮੌਕੇ 'ਤੇ ਇਹਨੂੰ ਅਸੀਂ ਤਰ੍ਹਾਂ ਕਰਾਵਾਂਗੇ, ਤਾਂ ਜੋ ਪਬਲਿਕ ਨੂੰ ਆਉਣ ਜਾਣ 'ਚ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ। ਇਹ ਤਾਂ ਵਕਤੀ ਗੱਲ ਸੀ ਜੀ, ਵੀ ਅੱਜ ਵਕਤੀ ਹੋ ਗਈ, ਅਚਾਨਕ ਹੋ ਗਈ, ਅਸੀਂ ਵੀ ਸਹਿਮਤ ਤੁਹਾਡੇ ਨਾਲ ਕਿ ਨਹੀਂ ਮੌਕੇ 'ਤੇ ਗਏ, ਬਣਾਉਂਦੇ ਉਹ ਪਰਮਾਨੈਂਟ ਜਿਹੜੀ ਸਮੱਸਿਆ ਦੀ ਗੱਲ ਕਰ ਰਹੇ ਹਾਂ, ਜਿਵੇਂ ਉੱਥੇ ਜਿਹੜੇ ਹਾਲਾਤ ਨੇ ਉਸ ਜਗ੍ਹਾ ਦੇ ਜਿੱਥੇ ਅੱਜ ਪਾਣੀ ਖੜਾ, ਉਹ ਪੱਕੇ ਹਾਲਾਤ ਨੇ ਵੀ ਜਿਹਦੇ 5 ਮਿੰਟ ਦਾ ਮੀਂਹ ਵੀ ਪੈ ਜਾਂਦਾ ਤਾਂ ਗੋਡੇ ਗੋਡੇ ਪਾਣੀ ਖੜ ਜਾਂਦਾ ਜੀ, ਅਤੇ ਉਹਦਾ ਕੋਈ ਪੁਖਤਾ ਉੱਥੇ ਕੋਈ 43 ਅਫਸਰ ਭੇਜ ਕੇ ਵੀ ਉੱਥੇ ਯਾਰ ਕੋਈ ਪੁਲੀ ਹੀ ਇਹੋ ਜਿਹੀ ਬਣਾਈ ਜਾਵੇ ਕਿ ਥੱਲੇ ਪਾਣੀ ਜਿਹੜਾ ਕਿ ਖੜਾ ਰਹੇ ਉਤਰੀ ਜਾਵੇ, ਖੜਾ ਰਹੇ ਉਤਰੀ ਜਾਵੇ, ਕੋਈ ਤਜਵੀਜ਼ ਬਣਾਈ ਜਾਵੇ ਮਹਿਕਮੇ ਵੱਲੋਂ ਜਾਂ ਮੁਹੱਲਾ ਨਿਵਾਸੀਆਂ ਵੱਲੋਂ, ਕੋਈ ਇਹੋ ਜਿਹੀ ਸਮੱਸਿਆ ਦਾ ਪੁੱਛ ਰਹੇ? ਇਹ ਤਜਵੀਜ਼ ਵਿਚਾਰਧੀਨ ਹੈ, ਕਿਉਂਕਿ ਮੈਂ ਆਪਣੇ AME ਨਾਲ ਗੱਲ ਕਰੀ ਸੀਗੀ ਵੀ ਇਹਦੇ 'ਚ ਪਬਲਿਕ ਨੇ ਵੀ ਉੱਥੋਂ ਦੇ ਕੋਈ ਸੀਨੀਅਰ ਸਿਟੀਜ਼ਨ ਨੇ ਵੀ ਮੇਰੇ ਧਿਆਨ 'ਚ ਲੈਂਦੀ ਗੱਲ ਇਹ ਵੀ ਬਰਸਾਤ ਦੇ ਟਾਈਮ 'ਚ ਬੱਚਿਆਂ ਨੂੰ ਗਾਂਧੀ ਸਕੂਲ ਜਾਣ ਜਾਣ 'ਚ ਵੀ ਦਿੱਕਤ ਆਉਂਦੀ ਹੈ, ਅਤੇ ਉਹਨਾਂ ਵੱਲੋਂ ਵੀ ਮੈਨੂੰ ਦੱਸਿਆ ਗਿਆ ਵੀ ਜਿਹੜਾ ਪਾਈਪ ਅੱਗੇ ਅਸੀਂ ਦਬਾਇਆ ਵੀ ਹੈਗਾ ਨਾ ਉਹ ਨਾਲਾ ਬੰਦ ਕੀਤਾ, ਉਹਦਾ ਸਾਈਜ਼ ਵੱਡੇ ਸਾਈਜ਼ ਦਾ ਪਾਈਪ ਉੱਥੇ ਦਬਾਇਆ ਜਾਵੇ, ਤਾਂ ਜੋ ਜਿਹੜੀ ਪਾਣੀ ਦੀ ਨਿਕਾਸੀ ਆ ਪ੍ਰੋਪਰ ਖਿਚਾਈ ਹੋਵੇ, ਤਾਂ ਜੋ ਉੱਥੇ ਬਰਸਾਤ ਦਾ ਪਾਣੀ ਵੀ ਕੋਈ ਖੜਾ ਨਾ ਹੋਵੇ।
ਕਿੰਨੇ ਕੁ ਚਿਰ ਤੱਕ ਇਹ ਹੱਲ ਪੋਸੀਬਲ ਹੈ ਜੀ ਹੁਣ? ਇਹ ਲਗਭਗ ਅਸੀਂ ਆਹ 15-20 ਦਿਨ ਸੰਭਾਵਨਾ ਹੈਗੀ ਸਾਡੀ, ਨਹੀਂ ਤਾਂ ਬਰਸਾਤ ਦੇ ਖਤਮ ਹੁੰਦਿਆਂ ਸਾਰੇ ਜਿਹੜਾ ਪਾਈਪ ਦੀ ਹੈਗੀ ਪਾਈਪ ਲਾਈਨ ਹੈ ਉਹਨੂੰ ਚੇਂਜ ਕਰਨ ਦੀ ਕਰਾਂਗੇ। ਸੋ ਬੜੀ ਬੜੀ ਮਿਹਰਬਾਨੀ ਥੋੜ੍ਹੀ ਜੀ, ਅਤੇ ਆਸ ਕਰਾਂਗੇ ਕਿ ਅਗਲੀਆਂ ਬਰਸਾਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀ ਸਮੱਸਿਆ ਨਾਲ ਦਰਪੇਸ਼ ਨਾ ਆਉਣਾ ਪਵੇ। ਪਬਲਿਕ ਦੀਆਂ ਜਿਹੜੀਆਂ ਪ੍ਰੋਬਲਮਾਂ ਹੈਗੀਆਂ, ਪਬਲਿਕ ਦੀਆਂ ਨਹੀਂ ਸਾਡੀਆਂ ਆਪਣੀਆਂ ਪ੍ਰੋਬਲਮਾਂ ਹੈਗੀਆਂ, ਕਿਉਂ ਅਸੀਂ ਇਸੀ ਮੇਨ ਵਿਸ਼ੇ ਨੂੰ ਮੁੱਖ ਰੱਖ ਕੇ ਕੰਮ ਕਰ ਰਹੇ ਹਾਂ। ਅਤੇ ਲੇਕਿਨ ਕਈ ਵਾਰ ਹੁੰਦਾ ਕਿ ਸਾਡੇ ਕੋਈ ਹਾਊਸ ਤੋਂ ਮਤਾ ਪਾਸ ਕਰਵਾਉਣਾ ਹੁੰਦਾ ਜਾਂ ਟੈਂਡਰ ਲਾਉਣਾ ਹੁੰਦਾ, ਅਜਿਹੇ ਕੰਮ 'ਚ ਦੇਰੀ ਹੋ ਸਕਦੀ ਹੈ, ਲੇਕਿਨ ਪਬਲਿਕ ਦੀ ਦਿੱਕਤ ਨੂੰ ਸ਼ਾਰਟ ਆਊਟ ਕਰਨ ਦੇ ਵਿੱਚ ਅਸੀਂ ਕਿਸੇ ਕਿਸਮ ਦੀ ਢਿੱਲੀ ਛੱਡਾਂਗੇ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਵਾਸਤੇ। ਸੁਦਰਸ਼ਕੋ ਏਸੀ ਨਗਰ ਕੌਂਸਲ ਦਫ਼ਤਰ ਵੱਲੋਂ ਉਸ ਸਮੱਸਿਆ ਬਾਰੇ ਜੋ ਇਹਨਾਂ ਨੇ ਦੱਸੀ, ਆਪਣੀ ਵੀ ਸਮੱਸਿਆ ਦੱਸੀ ਹੈ। ਅਤੇ ਆਸ ਕਰਾਂਗੇ ਕਿ ਜਿਹੜੀਆਂ ਅਗਲੀਆਂ ਬਰਸਾਤਾਂ ਨੇ 2020 ਦੀਆਂ ਉਹ ਜਿਹੜੀਆਂ ਕਿ ਸੁੱਖੀ ਸੰਦੀ ਬੀਤਣ, ਇਹਨਾਂ ਪਬਲਿਕ ਕਲੋਨੀ ਵਾਲਿਆਂ ਦੀ ਹੀ ਨਹੀਂ ਬਾਕੀ ਸ਼ਹਿਰ ਨਿਵਾਸੀਆਂ ਦੀਆਂ ਵੀ।